ਨਸ਼ਿਆਂ ਦੇ ਤਾਂ ਬਿਲਕੁਲ ਮੈਂ ਇਹੋ ਜਿਹੀ ਪਕੜ ਕਰੂੰਗਾ ਵੀ ਤੁਸੀਂ ਆਪਣੇ ਬੱਚੇ ਅੰਦਰ ਮਾਰ ਲਓ, ਜਿਨ੍ਹਾਂ ਦੇ ਇੱਜ਼ਤਦਾਰ ਬੱਚੇ ਆ ਜਾਂ ਇੱਜ਼ਤਦਾਰ ਤੁਸੀਂ ਪਰਿਵਾਰ ਆ, ਆਪਣੇ ਬੱਚੇ ਅੰਦਰ ਮਾਰ ਦਿਓ। ਟੀਚਰਾਂ ਪਾ ਕੇ ਹਵਾ ਜੀ ਕਰਦੇ ਫਿਰਦੇ ਆ, ਧੀਆਂ ਭੈਣਾਂ ਸਮਝਦੀਆਂ ਸਮਝਦੀਆਂ, ਇਹਨਾਂ ਦੀ ਰਾਖੀ ਕਰਨ ਵਾਸਤੇ ਮੈਂ ਹੈ। ਮੈਨੂੰ ਜੇ ਪਿਆ ਨਿੱਕਰ ਨੁੱਕਰ ਜੀ ਪਾਈ ਵਾਲਾ ਦਿਸ ਗਿਆ ਤਾਂ ਮੈਂ ਛੱਡਦਾ ਹੀ ਨਹੀਂ ਉਹਨੂੰ। ਇਸ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਵਹੀਕਲ ਆ ਉਹ ਦੇਣਾ ਬੰਦ ਕਰ ਦਿਓ, ਸਮਝਾ ਦਿਓ ਉਹਨਾਂ ਨੂੰ ਕਿ ਨਹੀਂ ਮੈਂ ਤਾਂ ਬੰਦ ਕਰੇ ਬਿਨਾਂ ਛੱਡਦਾ ਹੀ ਨਹੀਂ ਮੋਟਰਸਾਈਕਲ। ਉਹ ਮੈਂ ਆਪਦਾ ਠਾਣਾ ਧੋਤਾ, ਮੇਰਾ ਕੋਈ ਮੁਲਾਜ਼ਮ ਤੁਹਾਡੇ ਕੋਲ ਨਹੀਂ ਆਊਗਾ, ਕਿਸੇ ਨੂੰ ਤੰਗ ਨਹੀਂ ਕਰੂਗਾ ਅਤੇ ਨਾ ਹੀ ਕਿਸੇ ਤੋਂ ਕੋਈ ਕਲੈਕਸ਼ਨ ਕਰੂਗਾ। ਮੈਂ ਦੱਸਣ ਵਾਸਤੇ ਆਇਆ, ਲਾਲਚ ਕਰਨ ਵਾਸਤੇ ਆਇਆ ਕਿ ਤੁਸੀਂ, ਮੈਂ ਸ਼ਿਫਾਰਸ਼ ਤਾਂ ਕਿਸੇ ਦੀ ਸੁਣਦੇ ਹੀ ਨਹੀਂ, ਇਹ ਕਲੀਅਰ ਹੈ, ਠੀਕ ਹੈ। ਐਮ ਸੀ ਸਾਹਿਬ ਬੈਠੇ ਨੇ, ਜਿਹੜਾ ਤੁਹਾਡਾ ਕੋਈ ਜਾਇਜ਼ ਕੰਮ ਹੈ, ਕੋਈ ਘਰੇਲੂ ਕੰਮ ਹੈ, ਉਹ ਆਪਾਂ ਰਲ ਮਿਲ ਕੇ ਸੋਲਵ ਕਰਨ ਵਾਸਤੇ ਹੈ, ਉਹ ਸੋਲਵ ਕਰਾਂਗੇ। ਜਿੰਨਾ ਕੁ ਸਾਡੀ ਸਮਝ ਆ ਰਹੀ ਹੈ ਉਸ ਹਿਸਾਬ ਨਾਲ ਉਹ ਸੈੱਟ ਕਰਾਂਗੇ। ਦੂਜੀ ਗੱਲ ਰਹੀ ਨਸ਼ੇ, ਨਸ਼ਿਆਂ ਦੇ ਤਾਂ ਬਿਲਕੁਲ ਮੈਂ ਇਹੋ ਜਿਹੀ ਪਕੜ ਕਰੂੰਗਾ ਵੀ ਤੁਸੀਂ ਆਪਣੇ ਬੱਚੇ ਅੰਦਰ ਮਾਰ ਲਓ, ਜਿਨ੍ਹਾਂ ਦੇ ਇੱਜ਼ਤਦਾਰ ਬੱਚੇ ਆ ਜਾਂ ਇੱਜ਼ਤਦਾਰ ਤੁਸੀਂ ਪਰਿਵਾਰ ਆ, ਆਪਣੇ ਬੱਚੇ ਅੰਦਰ ਮਾਰ ਦਿਓ। ਜਿਹੜੇ ਸੜਕਾਂ ਦੇ ਹੋਏ ਉਹਨਾਂ ਨੂੰ ਮੈਂ ਸਾਂਭ ਲੂੰਗਾ, ਮੈਂ ਤੁਹਾਨੂੰ ਦੋ ਤਿੰਨ ਟਾਈਮ ਦਊਂਗਾ, ਉਹ ਦੋ ਤਿੰਨਾਂ ਟਾਈਮਾਂ ਦੇ ਵਿੱਚ ਆਪਦੇ ਸੜਕਾਂ ਤੋਂ ਅੰਦਰ ਵੜ ਜਾਓ। ਆ ਜਿਹੜੇ ਨਿੱਕਰਾਂ ਜਾਂ ਪਾਈ ਫਿਰਦੇ ਆ, ਇਹ ਵੀ ਪਾ ਜਾ ਜਾਓ, ਜਿਨ੍ਹਾਂ ਦੀ ਭੈੜੀ ਕਟਿੰਗ ਹੈ ਇਹ ਪਾ ਜਾ ਜਾਓ। ਨਿੱਕਰਾਂ ਪਾ ਕੇ ਹਵਾ ਜੀ ਕਰਦੇ ਫਿਰਦੇ ਆ, ਧੀਆਂ ਭੈਣਾਂ ਸਮਝਦੀਆਂ ਸਮਝਦੀਆਂ, ਇਹਨਾਂ ਦੀ ਰਾਖੀ ਕਰਨ ਵਾਸਤੇ ਮੈਂ ਹੈ। ਮੈਨੂੰ ਜੇ ਪਿਆ ਨਿੱਕਰ ਨੁੱਕਰ ਜੀ ਪਾਈ ਵਾਲਾ ਦਿਸ ਗਿਆ ਤਾਂ ਮੈਂ ਛੱਡਦਾ ਹੀ ਨਹੀਂ ਉਹਨੂੰ। ਨਸ਼ੇ ਦੇ ਆ, ਨਸ਼ਾ ਮੈਨੂੰ ਕਿਸੇ ਨੂੰ ਕੋਈ ਲੋੜ ਨਹੀਂ, ਮੈਨੂੰ ਫੋਨ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ, ਟਾਰਗੇਟ ਬਣਨ ਦੀ ਕੋਈ ਲੋੜ ਨਹੀਂ, ਦੁਸ਼ਮਣੀ ਪਾਉਣ ਦੀ। ਮੇਰਾ ਨੈੱਟਵਰਕ ਬਹੁਤ ਹੈ, ਮੈਂ ਆਪੇ ਪਕੜ ਕਰੂੰਗਾ, ਬਸ ਤੁਸੀਂ ਅੰਦਰ ਵੜ ਜਾਓ। ਹੁਣ ਆਪਦੀ ਮਾਂ ਆਪਦੀ ਭੈਣ ਦੇ ਕੋਲ ਵੜ ਜਾਓ, ਮਾਂ ਨੂੰ ਮਾਂ ਅਤੇ ਭੈਣ ਨੂੰ ਭੈਣ ਕਹਿ ਕੇ ਅੰਦਰ ਵੜ ਜਾਓ, ਬਸ ਠੀਕ ਹੈ। ਇਹ ਮੇਰੀ ਤੁਹਾਨੂੰ ਬੇਨਤੀ ਹੈ ਵੀ ਆਪਣੇ ਅੰਦਰ ਵੜ ਜਾਓ। ਫਿਰ ਨਾ ਕਹਿ ਦਿਓ ਵੀ ਆਹ ਮੁੰਡਾ, ਮੇਰਾ ਫਸਟ ਐਕਸ਼ਨ ਹੋਇਆ ਸੀ ਉੱਥੇ, ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ, ਇਸ ਕਰਕੇ ਮੈਂ ਹੁਣ ਮੀਟਿੰਗਾਂ ਸ਼ੁਰੂ ਕਰਤੀਆਂ। ਮੀਟਿੰਗਾਂ ਕਰਕੇ ਮੈਂ ਤੁਹਾਨੂੰ ਦੱਸਤਾ ਵੀ ਕੋਈ ਬੰਦਾ ਇੱਜ਼ਤਦਾਰ ਬੰਦਾ ਨਾ ਮੇਰੀ ਪਕੜ ਵਿੱਚ ਆ ਜਾਵੇ, ਅਤੇ ਬਾਅਦ 'ਚ ਜਾ ਕੇ ਮੈਨੂੰ ਪਤਾ ਲੱਗੇ ਵੀ ਇਹਦਾ ਵਿਚਾਰਾ ਇੱਜ਼ਤਦਾਰ ਹੈ। ਇਸ ਕਰਕੇ ਤੁਸੀਂ ਆਪਣਾ ਆਪ ਠੀਕ ਕਰਕੇ ਥੋੜ੍ਹਾ ਜਿਹਾ ਮੇਰੀ ਮਦਦ ਕਰ ਦਿਓ, ਮੇਰਾ ਸਾਥ ਦਿਓ, ਅਤੇ ਆਪਾਂ ਆਪਣੇ ਬੱਚਿਆਂ ਨੂੰ ਬਚਾ ਲਈਏ। ਅਤੇ ਬਹੁਤ ਗੈਂਗ ਹੈ ਇਹ ਜਿਹੜਾ ਆਪਣੇ ਘਰਾਂ 'ਚ ਵੜੀ ਜਾਂਦਾ, ਬੱਚਿਆਂ ਨੂੰ ਖਰਾਬ ਕਰੀ ਜਾਂਦਾ, ਜਵਾਕ ਹੈ ਇਹਨਾਂ ਨੂੰ ਨਹੀਂ ਪਤਾ ਇਹ ਇਸ ਲਾਈਨ ਦੇ ਵਿੱਚ ਪੈ ਜਾਂਦੇ ਆ। ਇਹਨਾਂ ਨੂੰ ਤੁਸੀਂ, ਮੇਰੀ ਬੇਨਤੀ ਆ, ਸਾਰਾ ਮੇਰਾ ਸੁਨੇਹਾ ਲਾ ਦਿਓ ਗਲੀ ਗਲੀ 'ਚ ਵੀ ਆਪਣੇ ਬੱਚੇ ਅੰਦਰ ਵਾਰ ਲਓ, ਮੁੜ ਕੇ ਨਾ ਕਹਿ ਦਿਓ ਜੀ ਇਹ ਤਾਂ ਉੱਧਰੋਂ ਆਉਂਦਾ ਸੀ, ਇਹ ਤਾਂ ਉੱਧਰੋਂ ਆਉਂਦਾ ਸੀ। ਮੇਰੀ ਜੱਜਮੈਂਟ ਬਹੁਤ ਤਕੜੀ ਹੈ, ਮੈਂ ਕੰਮ ਕਰਨ ਵਾਲੇ ਬੰਦੇ ਨੂੰ ਭਲਾ ਦੀ ਮੋਟਰਸਾਈਕਲ ਦੇ ਪੰਜ ਜਿਹੜੇ ਉਹਨਾਂ ਨੂੰ ਮੈਂ ਛੇੜਦਾ ਨਹੀਂ। ਕੰਮ ਕਰਨ ਵਾਲਾ ਬੰਦਾ ਮੋਟਰਸਾਈਕਲ 'ਤੇ ਕਿਸੇ ਵਹੀਕਲ 'ਤੇ ਆਉਂਦਾ ਮੈਂ ਛੇੜਦਾ ਨਹੀਂ, ਪਰ ਜਿਹੜਾ ਕਿਤੀ ਉਹ ਭਲਾ ਇੱਕ ਜਣਾ ਹੋਵੇ ਮੈਂ ਛੱਡਦਾ ਨਹੀਂ। ਇਸ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਵਹੀਕਲ ਆ ਉਹ ਦੇਣਾ ਬੰਦ ਕਰ ਦਿਓ, ਸਮਝਾ ਦਿਓ ਉਹਨਾਂ ਨੂੰ ਕਿ ਨਹੀਂ ਮੈਂ ਤਾਂ ਬੰਦ ਕਰੇ ਬਿਨਾਂ ਛੱਡਦਾ ਹੀ ਨਹੀਂ ਮੋਟਰਸਾਈਕਲ। ਸਟਾਰਟਿੰਗ ਮੇਰੀ ਮੋਟਰਸਾਈਕਲਾਂ ਤੋਂ ਆ ਵੀ ਮੈਂ ਇਹਨਾਂ ਦੇ ਵਹੀਕਲ ਹੀ ਬੰਦ ਕਰਨੇ ਆ, ਅਤੇ ਜਿਹੜੀ ਗਤੀਵਿਧੀ ਇਹਨਾਂ ਦੀ ਚੱਲਦੀ ਆ ਵਹੀਕਲਾਂ 'ਤੇ, ਉੱਥੇ ਜਾ ਕੇ ਕਰੇ ਉੱਥੇ ਜਾ ਕੇ ਕਰੇ, ਬਸ ਕਰਕੇ ਜਿਹੜੇ ਇੱਜ਼ਤਦਾਰ ਬੰਦੇ ਉਹ ਆਪਦੇ ਵਹੀਕਲ ਅੰਦਰ ਕਰ ਲਓ, ਜਿੱਥੇ ਜਾਣਾ ਤੁਸੀਂ ਆਪਦੇ ਕੰਮ ਜਾਣਾ ਜਾਓ, ਦੋ ਚੜੇ ਆ ਪੰਜ ਚੜੇ ਆ ਮੈਨੂੰ ਪਤਾ ਲੱਗ ਜੂ ਵੀ ਇਹ ਕੰਮ ਵਾਲੇ ਬੰਦੇ ਆ। ਇਹ ਜੱਜਮੈਂਟ ਹੈਗੀ, ਜਿਹੜੇ ਆ ਵਾਰਾ ਜੇ ਤੁਰੇ ਫਿਰਦੇ ਆ, ਹਵਾ ਕਰਦੇ ਤੁਰੇ ਫਿਰਦੇ ਆ, ਇਹ ਆਪਣੇ ਭਾਂਡੇ ਧੋ ਲਓ, ਆਪ ਨਹਾ ਲਓ, ਸਾਫ਼ ਹੋ ਜਾਓ। ਜਿਹੜਾ ਪਿੱਛਾ ਕੁਛ ਤੁਸੀਂ ਕਰ ਲਿਆ, ਪਰ ਹੁਣ ਤੁਸੀਂ ਆਪਣੇ ਆਪ ਨੂੰ ਸੰਭਲ ਜਾਓ, ਅਤੇ ਮੇਰੀ ਤੁਹਾਨੂੰ ਸਖ਼ਤ ਹਦਾਇਤ ਹੈ, ਠੀਕ ਹੈ ਜੀ। ਕਿਸੇ ਦੇ ਆਖੇ ਮੈਂ ਆਉਣਾ ਨਹੀਂ, ਮੈਂ ਆਪਦੀ ਜੱਜਮੈਂਟ 'ਤੇ ਆਉਣਾ, ਆਪਦੇ ਅਪਲਾਈਏ 'ਤੇ ਆਉਣਾ, ਪੱਕੇ ਠੋਸ 'ਤੇ ਆਉਣਾ। ਆ ਜਿਹੜੀਆਂ ਲੇਡੀਜ਼ ਆ ਕਈਆਂ ਮੁਹੱਲਿਆਂ ਦੇ ਵਿੱਚ ਇਹਨਾਂ ਨੇ ਚਲਾਇਆ ਹੋਇਆ ਗੰਦ, ਇਹ ਗੰਦ ਚੱਲਦਾ ਜਿਹੜਾ, ਇਹ ਮੈਂ ਸਲਵਾਰਾਂ ਪਵਾ ਦੂੰਗਾ, ਮੇਰੀ ਪੰਜਾਬੀ 'ਚ ਗੱਲ ਆ ਤੁਹਾਨੂੰ, ਠੀਕ ਹੈ। ਜੇ ਕੋਈ ਇਹੋ ਜਿਹਾ ਗੰਦ ਪਾਉਂਦਾ ਤੁਹਾਡੇ ਮੁਹੱਲੇ ਦੇ ਵਿੱਚ, ਉਹਦੀ ਪਾਵਰ ਹੋ ਸਕਦਾ ਜ਼ਿਆਦਾ ਹੋਏ, ਅਤੇ ਪਰ ਮੇਰਾ ਜੱਫ ਪਵਾ ਦਿਓ ਉਹਦੇ ਨਾਲ,
ਜੇ ਕੋਈ ਗੰਦ ਪਾਉਂਦੀ ਹੈ ਨਾ ਇੱਥੇ ਜਨਾਨੀ ਜਾਂ ਬੰਦਾ ਪਾਉਂਦਾ ਹੈ ਤਾਂ ਮੇਰਾ ਜ਼ਰੂਰ ਜੱਫ ਪਵਾ ਦਿਓ ਉਹਦੇ ਨਾਲ। ਇੱਥੋਂ ਜਿਹੋ ਜਿਹੀ ਹਾਲਤ 'ਚ ਅੰਦਰ ਹੋਣਗੇ ਉਹੋ ਜਿਹੀ ਹਾਲਤ 'ਚ ਮੈਂ ਗਲੀ ਵਿੱਚ ਲੈ ਕੇ ਜਾਊਂਗਾ, ਜਿਹੋ ਜਿਹੀ ਹਾਲਤ 'ਚ ਮੈਂ ਅੰਦਰੋਂ ਫੜੂੰਗਾ ਉਹੋ ਜਿਹੀ ਹਾਲਤ 'ਚ ਮੈਂ ਗਲੀ ਵਿੱਚ ਲੈ ਕੇ ਜਾਊਂਗਾ। ਇਸ ਕਰਕੇ ਆਪਦੀਆਂ ਇੱਜ਼ਤਾਂ ਬਚਾ ਲਓ, ਗੇਟ ਲਾ ਲਓ, ਦਰਵਾਜ਼ੇ ਬੰਦ ਕਰ ਦਿਓ। ਮੇਰੇ ਥਾਣੇ ਦੇ ਵਿੱਚ ਕੋਈ ਤੁਹਾਨੂੰ ਕਹਿੰਦਾ ਵੀ ਆਹ ਫਲਾਣੇ ਥਾਣੇਦਾਰ ਆ ਕਰਕੇ ਲੈ ਕੇ ਜਾਂਦਾ ਜਾਂ ਨਹੀਂ ਲੈ ਕੇ ਜਾਂਦਾ, ਉਹ ਮੈਂ ਆਪਦਾ ਥਾਣਾ ਧੋਤਾ। ਮੇਰਾ ਕੋਈ ਮੁਲਾਜ਼ਮ ਤੁਹਾਡੇ ਕੋਲ ਨਹੀਂ ਆਊਗਾ, ਕਿਸੇ ਨੂੰ ਤੰਗ ਨਹੀਂ ਕਰੂਗਾ ਅਤੇ ਨਾ ਹੀ ਕਿਸੇ ਤੋਂ ਕੋਈ ਕਲੈਕਸ਼ਨ ਕਰੂਗਾ।